हां जी वेलकम ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਹਰ ਵਾਰ ਦੀ ਤਰ੍ਹਾਂ ਲੈ ਕੇ ਆਏ ਆਂ ਜੀ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਹੈਲਥ ਹੈਲਥ ਡਿਪਾਰਟਮੈਂਟ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਸੋ ਰੈਗੂਲਰ ਭਰਤੀ ਆ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਸਾਰੇ ਹੀ ਸਟੂਡੈਂਟ ਤੇ ਭੈਣ ਭਰਾਵਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਤੇ ਨਾਲ ਦੀ ਨਾਲ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜੁਆਇਨ ਤੇ ਫਾਲੋ ਜ਼ਰੂਰ ਕਰ ਲਵੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਸੋ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਇਸ ਜੌਬ ਲਈ ਸੈਲਰੀ ਕਾਫੀ ਵਧੀਆ ਰਹਿਣ ਵਾਲੀ ਹੈ 25000 ਤੋਂ ਲੈ ਕੇ 81000 ਤੱਕ ਸੈਲਰੀ ਰਹਿਣ ਵਾਲੀ ਹੈ ਜੀ ਪੰਜਾਬ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਸੋ ਚੱਲਦੇ ਆ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ हां जी ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਆਪਾਂ ਪਹੁੰਚ ਗਏ ਆ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵੱਲੋਂ ਠੀਕ ਆ ਜਾਨੀ ਕਿ ਪੀਜੀਆਈ ਵੱਲੋਂ ਰਿਕਰੂਟਮੈਂਟ ਨੋਟਸ ਐਂਡ ਡਿਟੇਲਡ ਗਾਈਡਲਾਈਨਸ ਦਿੱਤੀਆਂ ਗਈਆਂ ਠੀਕ ਆ ਜੀ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ ਮੈਡੀਕਲ ਪੋਸਟਾਂ ਕਾਦੀਆਂ ਨੇ ਜੀ ਪੋਸਟਾਂ ਹੈਗੀਆਂ ਨੇ ਜੂਨੀਅਰ ਆਡੀਟਰ ਦੀਆਂ ਠੀਕ ਆ ਜੀ ਗਰੁੱਪ ਸੀ ਦੀ ਭਰਤੀ ਆ ਤੇ ਇਦੇ ਲਈ ਆਨਲਾਈਨ ਜਿਹੜੀ ਐਪਲੀਕੇਸ਼ਨਸ ਨੇ ਉਹ ਸਟਾਰਟ ਹੋ ਚੁੱਕੀਆਂ ਨੇ 6/4/2022 ਤੋਂ ਤੇ ਕਲੋਜ਼ਿੰਗ ਡੇਟ ਆ ਜੀ 5/5/2022 ਠੀਕ ਆ ਜੀ ਸੋ ਅੱਗੇ ਆਪਾਂ ਐਪਲੀਕੇਸ਼ਨ ਫੀਸ ਦੇਖ ਲੈਣੇ ਆ ਜੀ ਆ ਦੇਖੋ ਐਸਸੀ ਦੀ ਹੈਗੀ ਆ ਜੀ 800 ਤੇ ਜਿਹੜੇ ਆਪਣੇ ਜਨਰਲ ਨੇ ਉਹਨਾਂ ਦੀ 1500 ਤੇ ਐਸਸੀ ਦੀ 800 ਫੀਸ ਆ ਠੀਕ ਆ ਜੀ ਮਤਲਬ ਰਿਜ਼ਰਵ ਕੈਟਾਗਰੀ ਦੀ ਮੋਡ ਆਫ ਪੇਮੈਂਟ ਠੀਕ ਆ ਜੀ ਆਨਲਾਈਨ ਹੋਊਗਾ ਤੇ ਇਹਦੇ ਲਈ ਆਪਾਂ ਕੁਆਲਿਫਿਕੇਸ਼ਨ ਦੇਖ ਲੈਣੇ ਆ ਠੀਕ ਆ ਜੀ ਆ ਦੇਖੋ ਇਹ ਜੂਨੀਅਰ ਆਡੀਟਰ ਦੀਆਂ ਪੋਸਟਾਂ ਕੱਢੀਆਂ ਗਈਆਂ ਨੇ ਜੀ 25000 ਤੋਂ 81000 ਸੈਲਰੀ ਰਹਿਣ ਵਾਲੀ ਆ ਏਜ 18 ਤੋਂ 30 ਸਾਲ ਆ ਠੀਕ ਆ ਜੀ ਨੌ ਪੋਸਟਾਂ ਨੇ ਠੀਕ ਆ ਤੇ ਇਹਦੇ ਲਈ ਤੁਹਾਨੂੰ 55% ਮਾਰਕਸ ਬੀ ਕਾਮ ਦੇ ਵਿੱਚੋਂ ਚਾਹੀਦੇ ਹੋਣਗੇ ਤੇ 2 ਸਾਲ ਦਾ ਐਕਸਪੀਰੀਅੰਸ ਇਨ ਅਕਾਊਂਟਸ ਫੀਲਡਸ ਦਾ ਚਾਹੀਦਾ ਹੋਊਗਾ ਸੋ ਜਿਹੜੇ ਵੀ एलिजिਬਲ ਕੈਂਡੀਡੇਟ ਨੇ ਜੀ ਉਹ ਅਪਲਾਈ ਕਰ ਸਕਦੇ ਆ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਆ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਤੁਸੀਂ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਸੋ ਤੇ ਨਾਲ ਦੀ ਨਾਲ ਇਹ ਪੀਡੀਐਫ ਤੁਸੀਂ ਆਪਣੇ ਟੈਲੀਗ੍ਰam ਚੈਨਲ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਆ ਜੀ ਸੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਆ ਜਿਹੜੀ ਜੀ ਉਹ ਆ ਵਾ ਠੀਕ ਹੈ ਇਹਦੇ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ www.pgimer.edu.in ਠੀਕ ਹੈ ਜੀ ਰਿਕਰੂਟਮੈਂਟ ਲਿੰਕ ਐਟ ਹੋਮਪੇਜ ਹੋਮਪੇਜ ਤੇ ਰਿਕਰੂਟਮੈਂਟ ਦਾ ਲਿੰਕ ਦਿੱਤਾ ਹੋਊਗਾ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਆਪਾਂ ਲੈ ਕੇ ਆਉਨੇ ਆ ਹੈਲਥ ਡਿਪਾਰਟਮੈਂਟ ਦੇ ਵਿੱਚ ਚਾਹੇ ਕੋਈ ਵੀ ਭਰਤੀ ਹੋਵੇ ਕਿਸੇ ਵੀ ਸਟੱਡੀ ਨਾਲ ਰਿਲੇਟਡ ਹੋਵੇ ਸੋ ਲੈ ਕੇ ਆਉਨੇ ਆ ਆਪਾਂ ਸਭ ਤੋਂ ਪਹਿਲਾਂ ਉਹ ਨੋਟੀਫਿਕੇਸ਼ਨ ਪਜੀ ਦੇ ਵਿੱਚ ਵੈਕੈਂਸੀ ਆਊਟ ਹੋਈ ਆ ਸੋ एलिਜੀਬਲ ਕੈਂਡੀਡੇਟ ਜ਼ਰੂਰ ਅਪਲਾਈ ਕਰਨ ਮਿਲਦੇ ਆ ਨੈਕਸਟ ਵੀਡੀਓ ਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਧੰਨਵਾਦ